कल بسم الله الرحمن الرحيم الحمد الرحمن الرحيم مالك يوم الدين اهدنا الصراط المستقيم الصراط الذين أنعمت عليهم غير المغضوب عليهم ولا الضالين اللهم كن وليك الحجة ابن الحسن صلواتك عليه وعلى آبه في عليه الصلاة وفي كل ساعة من ساعة الليل والنهار ولي وحفظ وقائد وناصر ودليل حتى تسكنه أرزاق تمام وتمتيه فيها طويلا يا محمد اللهم صل على محمد وآل محمد صلوات آباد رہو صدا زندہ اور سلامت رہو صدقہ اج دے دیندا حسین دی ماں تو کو کہن دا محتاج نہ کرے غیرت مند دھرتی دے غجور فرزندو منت کرے نا جڈن اکھ وس پوی کیونکہ ہن جو آندی ہے جن دے تے مہر لگی ہوئی ہو اج 18 جیٹھے کوشش کریں منت کریں نا حسین دا ذاکرہ جگت پورا لیو ہتھ بدی کھنا منت کریں دا پیاں جائیں بندے دی آگ کدہی نہیں وسی آگ کو منت کرے آج توسفو علی دی دھی دی چادر کو صدقے 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 صدقے, 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 صدقے.
ਸਦਕੇ ਸਦਕੇ ਮੈਂ ਬਿਸਮਿਲ੍ਲਾ ਕਰਾਂ ਅਜ਼ਮ ਅੱਲਾ ਅਜੂਰਾ ਕੁਮ ਮਿੰਨਤ ਕਰੇ ਨਾ ਤੁਹਾਡਾ ਨੌ ਵਾਰਿਦ ਮਹਿਮਾਨ ਆ ਕਸੀਰ ਤਾਦਾਦ ਵਿੱਚ ਮੇਰੇ ਸਾਹਮਣੇ ਬਜ਼ੁਰਗ ਤਸ਼ਰੀਫ ਰੱਖਦੇ ਨੇ ਮਿੰਨਤ ਕਰੇ ਨਾ ਜੱਡਣ ਅੱਖ ਵਸ ਪੋਵੀ ਰੋਂਦੀ ਹੋਈ ਅੱਖ ਨਾਲ ਮੇਰੇ ਦਾਦਾ ਮਰਹੂਮ ਸੁਲਤਾਨੁਲ ਜ਼ਾਕਰੀਨ ਹਾਫਿਜ਼ ਮੁਹੰਮਦ ਅਲੀ ਖਾਨ ਬਲੋਚ ਦੇ ਹੱਕ ਹੀ ਦੁਆ ਕਰੇ ਨਾ ਮੈਂ ਔਰ ਮੇਰੇ ਵਾਲਿਦ ਮਰਹੂਮ ਜ਼ਾਕਿਰ ਮਲਿਕ ਗੁਲਜ਼ਾਰ ਹੁਸੈਨ ਖੋਖਰ ਦੇ ਹੱਕ ਹੀ ਦੁਆ ਕਰੇ ਨਾ ਮੈਂ ਮਿੰਨਤ ਹੀ ਵਾਸਤੇ ਬਾਰ ਬਾਰ ਕਰੇ ਦੱਖਣਾ ਇਸ ਇਲਾਕਿਆਂ ਲਿਓ ਮੇਰੀ ਰਿਆਜ਼ਤ ਹੋਵੇ ਸੀ ਤੇਰੀ ਇਬਾਦਤ ਹੋਵੇ ਸੀ ਅਲੀ ਦੀ ਧੀ ਉਹਨਾਂ ਦੀ ਜ਼ਾਮਿਨ ਪੈਵੇ ਸੀ ਸਦਕੇ 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 ਕਿਉਂਕਿ ਕਿਸੇ ਸ਼ਾਇਰ ਨੇ ਇੱਕ ਖੂਬਸੂਰਤ ਜਿਹਾ ਹਿਕੱਤਾ ਲਿਖਿਆ ਹੈ ਉਹ ਲਿਖਿਆ ਕਾਸ਼ ਕੁਦਰਤ ਇਲਾਹੀ ਸੇ ਫੂਲ ਖਿਲਾ ਤੋ ਥਾ ਕਾਸ਼ ਕੁਦਰਤ ਇਲਾਹੀ ਸੇ ਫੂਲ ਖਿਲਾ ਤੋ ਥਾ ਮਗਰ ਖਿਜ਼ਾਂ ਕੇ ਝੋਂਕੋਂ ਸੇ ਪਹਿਲੇ ਉੜ ਗਿਆ ਸਦਕੇ 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 ਮੁਕੱਦਮੀਨ ਅਜ਼ਾਦਾਰ ਬੈਠੇ ਹੋ ਬੜੇ ਪੁਰਾਣੇ ਅਜ਼ਾਦਾਰ ਬੈਠੇ ਹੋ ਮੁਕੱਦਮੀਨ ਜ਼ਾਕਰਾਂ ਕੋ ਸੁਣਦੇ ਆਇਓ ਮੈਂ ਇਬਤਦਾ ਕੀਤੀ ਹੈ ਤੁਸੀਂ ਇੰਤਹਾ 'ਤੇ ਪਹੁੰਚ ਗਏ ਹੋ ਦੁਆ ਕਰੇ ਨਾ ਅੱਜ ਦੀ ਨਿਹਾਰ ਦਾ ਸਦਕਾ ਅੱਲਾ ਮੇਰੇ ਭਾਈ ਰਾਣਾ ਅਨਸਰ ਹੁਸੈਨ ਔਰ ਰਾਣਾ ਕਾਸ਼ਿਫ ਅਲੀ ਮੇਰਾ ਅਜ਼ੀਮ ਖਾਲਿਕ ਮੇਰਾ ਰਹੀਮ ਖਾਲਿਕ ਔਰ ਵੀ ਜਿਤਨੇ ਮੇਰੇ ਬਿਰਾਵਾਂ ਇਸ ਕਾਰ ਖੈਰ ਵਿੱਚ ਹਿੱਸਾ ਕੀਤਾ ਉਹਨਾਂ ਦੀ ਮਿਹਨਤ ਕੀਤੀ ਕਾਵਿਸ਼ ਕੀਤੀ ਆਪਣੀ ਬਾਰਗਾਹ ਵਿੱਚ ਕਬੂਲ ਅਤੇ ਮਨਜ਼ੂਰ ਫਰਮਾ ਮੇਰਾ ਅਜ਼ੀਮ ਖਾਲਿਕ ਮੇਰਾ ਰਹੀਮ ਖਾਲਿਕ ਮੇਰੀਆਂ ਮਾਵਾਂ ਅਤੇ ਭੈਣਾਂ ਦਾ ਸਫ਼ਰ ਕੀਤਾ ਆਪਣੀ ਬਾਰਗਾਹ ਵਿੱਚ ਕਬੂਲ ਅਤੇ ਮਨਜ਼ੂਰ ਫਰਮਾ ਅਜ਼ੀਮ ਅੱਲਾ ਅਜ਼ਮਤ ਦੇ ਵਾਸਤੇ ਹੀ ਰਹੀਮ ਅੱਲਾ ਰਹਿਮ ਦੇ ਵਾਸਤੇ ਹੀ ਕਰੀਮ ਅੱਲਾ ਕਰਮ ਦੇ ਵਾਸਤੇ ਹੀ ਲੱਖਾਂ ਦੀ ਇੱਕ ਦੁਆ ਪਹਿਲੀ ਅਤੇ ਆਖਰੀ ਦੁਆ ਸਾਡੇ ਵਾਰਿਸ ਹਕੀਕੀ ਇਮਾਮ ਜ਼ਮਾਨਾ ਦਾ ਜਲ ਜ਼ਹੂਰ ਫਰਮਾ ਅਮੀਨ ਯਾ ਰੱਬਲ ਅਲਮੀਨ ਦੇ ਮੱਥੇ ਲੱਗਣ ਦੇ ਕਾਬਿਲ ਬਣਾ ਮਾਸ਼ਰ ਦਾ ਨਹੀਂ ਹੋਵੇ ਦਾਮਨ ਪੰਜਾਂ ਅਤੇ ਬਾਰਾਂ ਦਾ ਹੋਵੇ ਹੱਥ ਅੱਸਾ ਗੁਨਾਹਗਾਰਾਂ ਦਾ ਹੋਵੇ ਮਰੂ ਤਾਂ ਹੁਸੈਨ ਹੁਸੈਨ ਕਰੇਂਦੇ ਉੱਠੂ ਤਾਂ ਅਲੀ ਅਲੀ ਕਰੇਂਦੇ ਅੱਲਹੁਮਾ ਸੱਲੇ ਅਲਾ ਮੁਹੰਮਦ ਵਾ ਆਉਲੇ ਮੁਹੰਮਦ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਬਖਤ ਲੱਗਦਾ ਜ਼ਿੰਦਗੀ ਦੇ ਰਾਜ਼ ਹੋਵੇ ਤੁਹਾਡੀ ਕਿਉਂਕਿ ਮੈਂ ਜਨਾਬ ਕੋਲ ਇੰਤਜ਼ਾਰ ਹੀ ਨਹੀਂ ਕਰਾਈ ਤੁਹਾਡਾ ਮੁਸਲਸਲ ਮਿਜ਼ਾਜ ਅਕੀਦੇ ਮਸਾਹਿਬ ਵਾਲੇ ਪਾਸੇ ਚੱਲਦੇ ਪਹਿਨ ਮੇਰਾ ਦਿਲ ਚਾਹੁੰਦੇ ਹੁਕਮ ਹੋਈ ਹੁਕਮ ਦੀ ਤਮਿਲ ਕਰਨੇ ਹੋਏ ਹਾਜ਼ਰ ਹੋ ਗਿਆ ਜਨਾਬ ਦੇ ਚਿਹਰਿਆਂ ਦੀਆਂ ਜ਼ਿਆਰਤਾਂ ਹੋ ਗਿਆ ਵਾਦਾ ਵਫਾ ਹੋ ਗਿਆ ਅਤੇ ਮੇਰਾ ਦਿਲ ਚਾਹੁੰਦੇ ਜਨਾਬ ਕੋਈ ਮੈਂ ਜਲਦੀ ਜਲਦੀ ਉਬਾਲੇ ਉਬਾਲੇ ਤਰੀਕੇ ਤਰੀਕੇ ਕੋਈ ਕਸੀਦੇ ਸੁਣਾਵਾਂ ਇਜਾਜ਼ਤ ਹੈ ਨਾ ਸਰ ਚਵਾਏ ਮੇਰੇ ਵਾਲੇ ਪਾਸੇ ਲਿਖਾਏ ਅੱਖ ਮੇਰੇ ਵਾਲੇ ਪਾਸੇ ਰਾਵੇ ਮਿਜ਼ਾਜ ਮੇਰੇ ਵਾਲੇ ਪਾਸੇ ਰਾਵੇ ਅਕੀਦੇ ਮੇਰੇ ਵਾਲੇ ਪਾਸੇ ਰਾਵੇ ਜ਼ਹਿਨ ਮੇਰੇ ਵਾਲੇ ਪਾਸੇ ਰਾਵੇ ਸਾਰਾ ਪਿੰਡਾਲ ਇੱਕ ਵਾਰੀ ਮੇਰੇ ਵਾਲੇ ਪਾਸੇ ਮੁਤਵਜੋ ਥੀ ਤੇ ਮੈਂ ਵਾਤਾ ਦਾ ਪੀਆਂ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਬਖਤ ਲੱਗਦਾ ਉਹ ਸਦਕੇ ਉਹ ਸਦਕੇ ਉਹ ਸਦਕੇ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਬਖਤ ਲੱਗਦਾ ਹੈ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਬਖਤ ਲੱਗਦਾ ਹੈ ਨਾ ਭੁੱਲਾ ਨਾ ਸੁਚੇਂਦਾ ਖੜਾ ਅਗਰ ਸੁਚੇਂਦਾ ਖੜਾ ਤਾਂ ਇਹੋ ਕੁਛ ਸੁਚੇਂਦਾ ਖੜਾ ਅੱਲਾ ਕਰੇ ਮੈਂ ਤਾਂ ਕੁਛ ਸਮਝਾ ਸਕਾਂ ਅੱਲਾ ਕਰੇ ਤਾਂ ਕੁਛ ਸਮਝ ਆ ਵਣੇ ਸਾਰੇ ਮੋਮਿਨ ਮੇਰੇ ਵਾਲੇ ਪਾਸੇ ਮੁਤਵਜਾ ਥੀ ਵੇ ਜੁਗਤਪੁਰਾ ਲਿਓ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਬਖਤ ਲੱਗਦਾ ਹੈ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਬਖਤ ਲੱਗਦਾ ਹੈ ਅਕਲ ਤੇਰੀ ਵਿੱਚ ਫਤੂਰ ਢੇਰ ਇਨ ਅਲੀ ਕੁ ਸਮਝਣ ਤੇ ਵਕਤ ਲੱਗਦਾ ਉਹ ਸਦਕੇ ਉਹ ਸਦਕੇ ਉਹ ਸਦਕੇ ਉਹ ਸਦਕੇ ਮੈਂ ਬਿਸਮਿਲ੍ਲਾ ਕਰਾਂ ਮੈਂ ਬਿਸਮਿਲ੍ਲਾ ਕਰਾਂ ਅਲੀ ਅਲੀ ਕਰ ਅਲੀ ਦੀ ਕਸਮੇ ਅਲੀ ਅਲੀ ਨਾਲ ਵਕਤ ਲੱਗਦਾ ਹੈ ਅਕਲ ਤੇਰੀ ਵਿੱਚ ਫਤੂਰ ਢੇਰ ਇਨ ਅਲੀ ਕੁ ਸਮਝਣ ਤੇ ਵਕਤ ਲੱਗਦਾ ਹੈ ਅਲੀ ਕੁ ਸਮਝਣ ਤੇ ਵਕਤ ਲੱਗਦਾ ਹੈ ਅਲੀ ਬਲੀ ਦੇ ਮਵਾਲੀਆਂ ਦੇ ਅਲੀ ਬਲੀ ਦੇ ਮਵਾਲੀਆਂ ਦੇ ਹਮੇਸ਼ਾ ਰੋਸ਼ਨ ਸੀਨੇ ਹੁੰਦੇ ਨੇ ਹਰਾਮੀਆਂ ਦੇ ਕੋਈ ਸਿੰਘ ਨਹੀਂ ਹੁੰਦੇ ਉਹ ਆਦਤਾਂ ਤੂੰ ਕਮੀਨੇ ਹੁੰਦੇ ਸਦਕੇ ਭਾਈ ਸਦਕੇ ਭਾਈ ਸਦਕੇ ਭਾਈ ਬਿਸਮਿਲ੍ਲਾ ਕਰਾਂ ਯਾਲੀ ਯਾਲੀ ਜ਼ਿੰਦਗੀ ਦਰਾਜ਼ ਹੋਵੇ ਆਬਾਦ ਰਹੋ ਸਦਾ ਜ਼ਿੰਦਾ ਔਰ ਸਲਾਮਤ ਰਹੋ ਇਜਾਜ਼ਤ ਹੋਵੇ ਤਾਂ ਕਸੀਦਾ ਪੜ੍ਹੋ ਅੱਛਾ ਬਈ ਤੁਹਾਡੇ ਜ਼ਹਿਨਾਂ ਦੇ ਵਿੱਚ ਤੁਹਾਡੇ ਅਜ਼ਹਾਨਾਂ ਦੇ ਵਿੱਚ ਜਿਤਨੀ ਜਿਤਨੀ ਇਮਾਮ ਹੁਸੈਨ ਅਲੈ ਸਲਾਮ ਦੀ ਅਜ਼ਮਤ ਬੁਲੰਦ ਹੈ ਬੁਲੰਦ ਸਲਵਾਤ ਪੜ੍ਹੋ ਕਸੀਦਾ ਸ਼ੁਰੂ
ਇੱਕ ਤਾਂ ਲੱਖ ਹੈ, ਲੱਖੀ ਮਾਂ ਰਮਜ਼ਾਨ ਹੈ, ਅਤੇ ਅੱਜ 18 ਜੇਠ ਦਾ ਨਹੀਂ ਹੈ, 25 ਮਾਹ ਰਮਜ਼ਾਨ ਦਾ ਨਹੀਂ ਹੈ। ਮੈਂ ਆਦਰਾਨਾ ਸਈਦ, ਇਹ ਉਹ ਮਹੀਨਾ ਹੈ, ਉਹ ਮਹੀਨਾ ਹੈ, ਇਹ ਮਹੀਨਾ ਅੱਲਾਹ ਕੋ ਲੁੱਟਣ ਦਾ ਮਹੀਨਾ ਹੈ, ਰਹਿਮਤਾਂ ਦਾ ਬਰਕਤਾਂ ਦਾ ਮਹੀਨਾ ਹੈ। ਬਿਸਮਿਲ੍ਲਾ। ਦੇਖੋ ਮੈਂ ਆਦਰਾਨਾ ਮਦੀਨੇ ਵਾਲੇ ਸੈਦਾਂ ਦੇ ਦਰਵਾਜ਼ੇ 'ਤੇ, ਬਾਬਾ ਕਹਿ ਕੋ ਮੰਗਣ ਦਾ ਨਾਂ ਆਵੇ, ਕਹਿ ਕੋ ਝੁਕਣ ਦਾ ਨਾਂ ਆਵੇ, ਕਹਿ ਕੋ ਪਿੰਨਣ ਦਾ ਨਾਂ ਆਵੇ, ਅੱਲਾਹ ਦੀ ਕਸਮ ਹੈ ਜਗਤ ਪੂਰਾ ਲਿਓ ਗਿਰਦੋ ਨਵਾਦ ਮਜਮਾਏ ਮਦੀਨੇ ਵਾਲੇ ਸੈਦ ਇਤਨਾ ਦਿੰਦੇ ਨੇ, ਮਤਬਾ ਇਹ ਦਰਵਾਜ਼ੇ 'ਤੇ ਵੰਜਣ ਦੀ ਜ਼ਰੂਰਤ ਨਹੀਂ ਪਾਉਂਦੀ, ਜ਼ਿੰਦਗੀ ਦਰਾਜ਼ ਹੋਵੇ ਤੁਹਾਡੀ, ਆਬਾਦ ਰਹੋ, ਸਦਾ ਜ਼ਿੰਦਾ ਔਰ ਸਲਾਮਤ ਰਹੋ। ਅਗਰ ਇਜਾਜ਼ਤ ਹੋਵੇ ਤਾਂ ਕਸੀਦਾ ਪੜ੍ਹੋ, ਪੜ੍ਹੋ ਸਲਵਾਤ ਹੁਸੈਨ ਬਾਦਸ਼ਾਹ ਦੀ ਅਜ਼ਮਤ 'ਤੇ ਕਸੀਦਾ ਸ਼ੁਰੂ। ਦੇਖੋ ਗੱਲ ਸੁਣੋ, ਮੈਂ ਕਸੀਦਾ ਬੜਾ ਸੋਹਣਾ ਪਿਆਰਾ ਅਤੇ ਮਿੱਠਾ ਜਿਹਾ ਪੜੂਆਂ, ਜਿਹੜੇ ਹੱਥ ਬੱਧੀ ਬੈਠੇ ਹੋ ਨਾ ਹੱਥ ਖੋਲ੍ਹ ਬਹੋ, ਆਖਰੀ ਮੁਕਾਣੇ ਆਖਰੀ ਸ਼ਾਇਦ ਕਿ ਜ਼ਾਕਰਾਂ ਦੇ ਨੌਕਰਾਂ ਦਾ ਨੌਕਰ ਹੀ ਮੈਂ ਹਾਂ, ਅਤੇ ਮੈਂ ਤਾਂ ਮੇਰੇ ਤੋਂ ਛੋਟਾ ਹੁਸੈਨ ਬਾਦਸ਼ਾਹ ਦਾ ਜ਼ਾਕਰ ਜੰਮਾ ਹੀ ਨਹੀਂ। ਜਿਹੜੇ ਹੱਥ ਬੱਧੀ ਬੈਠੇ ਹੋ ਹੱਥ ਖੋਲ੍ਹ ਬਹੋ, ਤੁਹਾਡੇ ਜ਼ਹਿਨਾਂ ਦੇ ਵਿੱਚ ਯਾਰ, ਤੁਹਾਡੇ ਦਿਲਾਂ ਦੇ ਵਿੱਚ ਜਿਤਨੀ ਜਿਤਨੀ ਇਮਾਮ ਹੁਸੈਨ ਅਲੈਹਿਸ ਸਲਾਮ ਦੀ ਅਜ਼ਮਤ ਬੁਲੰਦ ਹੈ, ਉਤਨੀ ਬੁਲੰਦ ਸਲਵਾਤ ਪੜ੍ਹੋ। ਜਹਾਨ ਦਾ ਬਾਦਸ਼ਾਹ ਏ ਦੁਆ, 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 ਜਹਾਨ ਦਾ ਬਾਦਸ਼ਾਹ ਏ ਦੁਆ। ਕੋਈ ਸਮਝ ਆਉਂਦੀ ਪਈ ਹੈ? ਕੋਈ ਦਿਲ ਕੋ ਚੈਨ ਮਿਲਦਾ ਪਏ? ਅੱਲਾ ਦੀ ਕਸਮ ਹੈ ਮੇਰੇ ਦਿਲ ਕੋ ਤਾਂ ਚੈਨ ਹੀ ਮਿਲਦਾ ਪਏ, ਹੁਸੈਨ ਹੀ ਮਿਲਦਾ ਪਏ। ਮੇਰੇ ਕੋ ਤਾਂ ਚੈਨ ਮਿਲ ਗਏ, ਦਿਲ ਮੇਰੇ ਕੋ ਤਾਂ ਚੈਨ ਮਿਲ ਗਏ, ਹੁਸੈਨ ਮਿੰਨੀ ਦੇ ਸੈਨ ਮਿਲ ਗਏ, ਹੁਣ ਮੈਂ ਗੈਰਾਂ ਕੋ ਕਿਆ ਕਰੇ ਸਾਹਮੇ, ਕੂ ਜੋ ਸਖੀ ਹੁਸੈਨ ਮਿਲ ਗਏ, ਦੁਆ ਜਾ ਦੱਸਣਾ ਚਾਹੁੰਦਾ। ਜਗਤਪੁਰ ਗੋਜਰੇ ਦੇ ਗਿਰਦੋ ਨਵਾਦ ਮਜਮਾ, ਫੈਸਲਾਬਾਦ ਦੇ ਗਿਰਦੋ ਨਵਾਦ ਮਜਮਾ, ਦੱਸਣਾ ਚਾਹੁੰਦਾ ਦੂ ਜਹਾਨਾਂ ਦਾ ਬਾਦਸ਼ਾਹ ਹੈ ਕੌਣ? ਗੱਲ ਸੁਣੋ, ਇਹ ਜਿਵੇਂ ਨਾਰਾ ਮਾਰਾ ਵੇ ਮੈਂ ਇਵੇਂ ਪੜ੍ਹਦਾ ਖਾਣਾ ਯਾਰ, ਨਾਰਾ ਸੁਣੋ ਹਾਂ ਖਰ ਵੰਨੇ ਬਾਬਾ ਜੀ ਇਵੇਂ ਨਾ ਬਾਬਾ 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 ਵਾਹ 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 ਮਿਹਰਬਾਨੀ ਆਲੀ ਆਲੀ ਮੈਂ ਬਿਸਮਿਲ੍ਲਾ ਕਰਾਂ, ਬੜੀ ਬੜੀ ਮਿਹਰਬਾਨੀ, ਇੰਤਹਾਈ ਮਿਹਰਬਾਨੀ ਜਿਹੜੇ ਬੋਲ ਪਏ, ਤੁਹਾਡੀ ਮਿਹਰਬਾਨੀ ਜਿਹੜੇ ਨਹੀਂ ਬੋਲੇ, ਤੁਹਾਡੀ ਡੱਬਲ ਮਿਹਰਬਾਨੀ ਜਿਹੜੇ ਬੋਲ ਪਏ ਉਹਨਾਂ ਕੋਲ ਲਾ ਕੇ, ਜਿਹੜੇ ਨਹੀਂ ਬੋਲੇ ਉਹਨਾਂ ਕੋਲ ਲਾ ਕੇ, ਉਹ ਪਿਛਲੇ ਜਿਹੜੇ ਸਾਉਂਡਾਂ ਦੇ ਨਾਲ ਬੈਠੇ ਹੋਏ ਸਰਚ ਵਾਏ ਮੇਰੇ ਵਾਲੇ ਪੜ੍ਹ ਲਿਖਾ ਏ ਦੁਆ ਜਹਾਨਾ ਤੁਸੀਂ ਜਿਤਨੇ ਗੁਟੀਜ ਵਟੀਜ ਕੇ ਸੁਣ ਸੋ, ਮੈਂ ਮਿਹਨਤ ਵਧਾ ਕੇ ਚੰਗਾ ਪੜਸਾ। ਜਹਾਨ ਦਾ ਬਾਦਸ਼ਾਹ ਏ ਦੁਆ, ਜਹਾਨ ਦਾ ਬਾਦਸ਼ਾਹ ਏ ਜਹਾਨ ਦੋ
ਜ਼ਿੰਦਗੀ ਦਰਾਜ਼ ਹੋਵੇ, ਆਬਾਦ ਰਹੋ, ਸਦਾ ਜ਼ਿੰਦਾ ਔਰ ਸਲਾਮਤ ਰਹੋ, ਬਗੈਰ ਤਸ਼ਰੀ ਦੇ, ਬਗੈਰ ਵਜ਼ਾਹਤ ਦੇ। ਹੁਸੈਨ ਬਾਦਸ਼ਾਹ ਦੀ ਅਜ਼ਮਤ ਹੈ, ਇਹਦਾ ਵੱਡਾ ਮਿਸਰਾ, ਇਹਦਾ ਵੱਡਾ ਸ਼ੇਰ ਪੜ੍ਹਨ ਲੱਗਾ। ਜਗਤ ਪੂਰਾ ਲਿਓ, ਸ਼ੇਰ ਨਹੀਂ ਪੜ੍ਹਦਾ ਪਿਆ ਮੈਂ, ਬੱਬਰ ਸ਼ੇਰ ਪੜ੍ਹਨ ਲੱਗਾ। ਸਰ ਚੋ ਮੇਰੇ ਵਾਲੇ ਪਾਸੇ ਦੇਖੋ, ਬਗੈਰ ਤਸ਼ਰੀ ਦੇ, ਬਗੈਰ ਵਜ਼ਾਹਤ ਦੇ, ਹੁਸੈਨ ਬਾਦਸ਼ਾਹ ਦੀ ਅਜ਼ਮਤ ਦਾ ਸ਼ੇਰ ਪੜ੍ਹਦਾ ਪਿਆ। ਹਲਾ ਲਿਓ ਮਵਾਲਿਓ, ਦਿਖਾ ਮੇਰੇ ਵਾਲੇ ਪਾਸੇ, ਮੈਂ ਆਦਾ ਪੀਆ ਕੁਰਾਨ ਸਾਮਤ ਸਦਕੇ ਬਈ ਮੈਂ ਬਿਸਮਿਲ੍ਲਾ ਕਰਾਂ, ਅਲਹਮਦੁਲਿਲਾ ਜਾ ਤਲੇ ਦਾਦਰ ਹੁਸੈਨ ਬਾਦਸ਼ਾਹ ਦੀ ਅਜ਼ਮਤ ਹੈ, ਬੜਾ ਮਿਸਰਾ ਪੜਦਾ ਪਿਆ। ਸਰ ਚਵਾਏ ਮੇਰੇ ਵਾਲੇ ਪਾਸੇ ਦਿਖਾਏ ਕੁਰਾਨ ਸਾਮਤ ਕੁਰਾਨ ਨਾਦਕ ਜਨਾਲ ਯੋਵੇ ਤਲਤਬ ਹਾਂਦੇ ਕੁਰਾਨ ਸਾਮਤ ਕੁਰਾਨ ਨਾਦਕ ਜਨਾਲ ਯੋਵੇ ਤਲਤਬ ਹਾਂਦੇ ਗਾਲ ਤੈ ਨਬੀ ਬਿਸਮਿਲ੍ਲਾ ਕਰਾਂ ਅਲਹਮਦੁਲਿਲਾ ਇੱਜ਼ਤ ਵਾਲੇ ਦਾਦਾ ਰਹੋ। ਬੜਾ ਸੋਹਣਾ ਸੁਣਾ ਵੇ, ਬੜਾ ਸੋਹਣਾ ਇਸਤਕਬਾਲ ਕੀਤਾ ਵੇ, ਕਿਉਂਕਿ ਤੁਸਾਂ ਜਿਹਾ ਲੋਕਾਂ 'ਚ ਬੜੇ ਸੋਫਿਸਟੀਕੇਟਡ ਲੋਕ ਮੇਰੇ ਸਾਹਮਣੇ ਬੈਠੇ ਨੇ। ਤੁਸਾਂ ਜਿਹਾ ਲੋਕਾਂ 'ਚ ਪੜ੍ਹਨ ਦਾ ਹੀ ਉਹ ਤਾਂ ਮਜ਼ਾ ਹੈ, ਤਸ਼ਰੀਹ ਨਹੀਂ ਕਰਨੀ ਪੈਂਦੀ, ਤੁਹਾਨੂੰ ਸਮਝ ਆ ਲੈਂਦੀ ਹੈ। ਮੈਂ ਬਿਸਮਿਲ੍ਲਾ ਕਰਾਂ ਮਸਜਿਦਾਂ 'ਚੋਂ, ਬਹੁਤ ਬੜੀ ਮਸਜਿਦ, ਮਸਜਿਦ ਨਬਵੀ, ਸਰਚੋ ਸਰ ਲਾਲਾ ਮੇਰੇ ਵਾਲੇ ਪਾਸੇ ਲਿਖਾ ਹੈ, ਮਸਜਿਦਾਂ 'ਚੋਂ ਬਹੁਤ ਬੜੀ ਮਸਜਿਦ, ਮਸਜਿਦ ਨਬਵੀ, ਨਮਾਜ਼ੀਆਂ 'ਚੋਂ ਬਹੁਤ ਬੜਾ ਨਮਾਜ਼ੀ ਮੁਹੰਮਦ ਮੁਸਤਫਾ। ਸਦਕੇ ਬਾਈ, ਸਦਕੇ ਬਾਈ, ਸਰ ਤਾਜੇ ਅੰਬੀਆ, ਤਾਜਦਾਰੇ ਰਬੋ ਅਜਮ, ਸਾਕੀਏ ਕੋਸਰ, ਨੂਰੇ ਮੁਜੱਸਮ, ਨਬੀਆਂ ਦਾ ਸੁਲਤਾਨ ਨਬੀ ਸਜਦੇ, ਵਲੀਆਂ ਦਾ ਸੁਲਤਾਨ ਵਲੀ, ਮੌਲਾ ਹੁਸੈਨ ਨਾਨੇ ਦੀ ਪੁਸ਼ਤੇ ਸਵਾਰ। ਉਹ ਮੈਂ ਬਿਸਮਿਲ੍ਲਾ ਕਰਾਂ, ਨਬੀਆਂ ਦਾ ਸੁਲਤਾਨ ਨਬੀ ਸਜਦੇ, ਵਲੀਆਂ ਦਾ ਸੁਲਤਾਨ ਵਲੀ, ਮੌਲਾ ਹੁਸੈਨ ਅਲੈ ਸਲਾਮ ਨਾਨੇ ਦੀ ਪੁਸ਼ਤੇ ਸਵਾਰ ਹੋਇਆ, ਨਬੀਆਂ ਦੇ ਸੁਲਤਾਨ ਨਬੀ ਨੇ ਸਜਦੇ ਕੋ ਤੂਲ ਦਿੱਤਾ, ਨਬੀਆਂ ਦੇ ਸੁਲਤਾਨ ਨਬੀ ਨੇ ਸੋਚਿਆ ਖੁਦਾ ਦਾ ਸਜਦਾ ਵੀ ਤੁਹਾਡੀ ਜ਼ਿੰਦਗੀ ਦਰਾਜ਼ ਹੋਵੇ। ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਅਲਹਮਦੁਲਿਲਾ ਜਾ ਤਲੇ ਦਾਦਰ, ਅੱਲਾ ਦੀ ਕਸਮ, ਜਿਤਨਾ ਸਫ਼ਰ ਕੀਤਾ ਹੈ, ਜਿਤਨੀ ਮਿਹਨਤ ਕੀਤੀ ਹੈ, ਉਤਨੀ ਦੁਆ ਮਿਲ ਗਈ, ਉਤਨੀ ਦਾਦ ਮਿਲ ਗਈ, ਨਬੀਆਂ ਦਾ ਸੁਲਤਾਨ ਨਬੀ ਸਜਦੇ ਸੁਚੇ ਨਾ ਪਏ ਖੁਦਾ ਦਾ ਸਜਦਾ ਸਦਕੇ ਨੌ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਬਿਸਮਿਲ੍ਲਾ ਕਰਾਂ, ਮੈਂ ਲੱਖ ਦਫ਼ਾ ਪੜ੍ਹਦਾ ਰਹਾਂ, ਮੌਸਮ ਦੀ ਛਾਏ ਪੜ੍ਹਦਾ ਪਿਆਂ ਡੱਲੀ ਸਦਕੇ ਮੈਂ ਸਦਕੇ ਮੈਂ ਬਿਸਮਿਲ੍ਲਾ ਕਰਾਂ, ਨੌ ਕਰਾਂ, ਨੌ ਕਰਾਂ, ਨੌ ਕਰਾਂ, ਨੌ ਕਰਾਂ, ਨੌ ਕਰਾਂ, ਮੈਂ ਬਿਸਮਿਲ੍ਲਾ ਕਰਾਂ।
میں بسم اللہ کر رہا میں لکھ دفعہ پڑھتا رہا ہوں حسین دا ذاکرام منت کریں دا پیاں جڑے نوجوان بیٹھے ہو تسا مکان ڈیونی ہے رات رون والے مہاری کو میری ماوا بہنا تسا مکان ڈیونی ہے بی بی ام المصائب کو اج 18 جیٹھے تو تپیا دا ڈھلی 18 جیٹھے جڈا کس گیا غازی آئیو میں صدقے تھی ماں میں صدقے میں صدقے میں بسم اللہ کر رہا ہوں میں لگ دفعہ پڑھ دے رہا ہوں ڈلی 18 جیٹھ وچ کربل دے تے جدا کٹھئی چن زہرا اے وت خون یلودا خنجر کمینے ریش دینا کیوں یار تو تھا جی 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 میں نوکر جی جی بڑے حوصلے نال بڑے حوصلے نال بڑے تحمل نال میں بسم اللہ کر رہا میں لکھ دفعہ پڑھتا رہا ہاں ڈلی کمینے کی تاریش دینا جی 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 نو کرن نو کرن تھوڑا آواز کھلا میں بسم اللہ کر رہا میں لکھ دفعہ پڑھ دے رہا ہوں میں صدقے تھی پواں اللہ جانے اجا تو میں شہادت پڑھنی کیو جیا ماحول بننے وقت بھی آدان ڈلی کمینے کی تاریش دینا جی 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 نو کرم نو کرم اگلا لفظ سنیں اگر برداشت کریں تو اگلا لفظ سنیں اللہ واسطے بی بی آدی ہے لجپا بسم اللہ کر رہا ہوں میں لگ دفعہ پڑھتا رہا ہوں میں صدقے تھی پواں ڈلی 18 جیٹھ جدا چل گیا زربا تے وچ کربل دے سارا اے وت خون یلودا خنجر کمینے کی تاریش دے تھکے نہیں یار تھکے نہیں بی بی آدی ہے لجپال دیدی جنت دیسا تے کہیں دا واس لگ دے تالاوے میں چادر دینیا میرے ویرن دیدے وہ تاتل نو کراں میں بسم اللہ کراں لالا ایں آواز کھولے تھوڑا میں بسم اللہ کراں اج تے بڑی مکان نے ہونی اس علاقے والے اج دا نہیں 10ویں دے نہیں تو گھٹ نہیں
میں بسم اللہ کراں اج کعبہ دین دا ڈھائے گئے میں صدقے تھی پوائیں دنے مل بدل ہور بند پڑھ دا گوجرے آلے ہو میں پیا دا جدا کس گیا مان غریبا دا تے کی تے شمیر نہیں کے اعلانے او چادر گولو جیندے پر دے آندا آیت غازی ہاں صدقے جی 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 میں صدقے تھی وہاں میں بسم اللہ کرام بڑے تحمل نال سن دے ہوئے بڑے حوصلے نال سن دے ہوئے تو آجے ہنجوں دا احترام کر کے وقت پیا دا جدا کس گیا مان اللہ راسیاں دا شمیر نہیں کہ اعلانے او چادر گولو جیندے پر دے آندا آیت غازی اگلا لاو سنے رومنا لے لوگو سنتا نا شمیر دا من دریا دے غازی بہور مانے تیری انجنا چادر کوئی دیکھے آمدہ ہوندہ فضا میں بسم اللہ کر رہا ہوں میں لکھ دفعہ پڑھ دا رہا ہوں لال آواز کھول تھوڑا میں بسم اللہ کر رہا ہوں میں ہزار واری پڑھ دا رہا ہوں سنے تانا شمیر دمن دریا تے کی تی غازی بہور مانے تیری اننا چادر کوئی دیکھے آمدہ ہوندہ فضا سونے رونے وے حسین دی ماں تک وہ کہیں دا محتاج نہ کرے رومن آلے لوگو ٹیم نہیں مکمل شہادت پڑھا ہا جی بسم اللہ پڑھ دا پیا جی پڑھ دا پیا پڑھ دا پیا پڑھ دا پیا دیگر دا وے لے ایو ٹائم میں پتران دیا لاشاں چاہ چاہ کے تھکا ہویا حسین صدقے 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 میں بسم اللہ کرا ایو وے لے بھیراماں پتران مہمانہ جوانہ نیا لاشا چاہ چاہ کے تھکا ہویا حسین حالت رساں تیران تیران دے داغ تلواراں ترواراں دے زخم پتھران پتھران دے داغ اگر برداشت کریں جگر تے ہاتھ رکھ کے جملہ سنے ڈاڑی دے کھبے پاسے اکبر دا خون آئے صدقے 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 تیرے میں بسم اللہ کرا میں بسم اللہ کرا میں لکھ دفعہ کھاں یار تیرے دل اچھ قبر حسین ہے حسین بادشاہ دی شہادت جی میں ہے نہ ذاکر پڑھ سکتا ہے نہ مومن برداشت کر سکتا ہے داڑی دے سجے پاسے اکبر دا خون کھبے پاسے اسگر دا خون بھین دے دروازے تے آیا کھڑے
درجات بلند ہوئے میرے دادا مرحوم حافظ محمد علی خان دے او پڑھ دے ہونے ہیں جھکی ہوئی کمرے کٹے ہوئے آبرو امامے دے پیج کھل کے گالی چاہیو ہیں بھین دے دروازے تے آیا کھڑے اے لاؤ میری اماماں تے بھینہ سمجھے سن بھینی بیراماں دا کتنا پیار ہوندے بھین دے دروازے تے خیمے دے دروازے تے ڈوئے ات متھے تے رکھ کے آدھا کھڑے میں کرن سلام خیر دایاں میرے حرم تے بھینی دیاں صدقے 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 ماتم کریں دا روندا یا رو رو کے آدھا کھڑے میں کرن سلام خیر دایاں میرے حرم تے بھینی دیاں تو آکو دسن آیا میں کوئی نہیں ولنا کیوں جو موت دو ویندا پیاں سیدہ دے اگے آ نہیں سکیا مجبوری ہے کیوں جو لاشاں چہندا ریاں منہ دیکھ گھنو اللہ راسی دا ہن امت دے دل وچ بیاں صدقے 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 میں بسم اللہ کراں بھینی کو مل کے بڑا طولانی مصاحب بھینی کو مل کے میرا امام ٹرے اتھا ہے جتھا غیرت دا بیمار امام ستا ہویا ہا دیکھے میرے والے پاسے اس طریقے دے نال بچڑے کچھ آئے سجاد کچھ آ کے ہاں دے نال لا کے رو رو کے میرا امام آدھا بیٹھے بنیاد میری زندگانی دی تسکین حسین دے ہاں دی صدقے 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 بنیاد میری زندگانی دی تسکین حسین دے ہاں دی سیدہ دے عابد وچڑا تک وال وال کے پیا پارتا نینا انہا اجڑ گئیاں پھپیاں دی صدقے صدقے آز ہم اللہ و اجورا کم میں بسم اللہ کران تک وال وال کے پیا پارتا نینا انہا اجڑ گئیاں پھپیاں دی رو رو کے آدھا بیٹھے عابد وچڑا رکھیں خاص خیال رکیہ دا ایکو کھا گئی موت پتران دی میں کو آلیا بھین نے دسے آئے ایکو راتی نیندر نہیں آن دی صدقے 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 میں بسم اللہ کران بڑے حوصلے نال یار بڑے تحمل نال سن دے وے مصحف دی منزل بڑی طویل ہے میں بسم اللہ کران میں صدقے ہو جاواں بینی کو مل کے میرا امام میدان چاہے میں صدقے تھی پوہاں بھین حکم دیتا ہے حسین میں کو ایک حملہ دکھاویں حسین بادشاہ پہلا حملہ کیتے فوجاں بھجیئن میرے امام دی کیڑی حالت ہے کیفیت رساں آستینہ الٹیاں ہوئیں گربان چاہ کے والنچ کھا کے اس طریقے دے نال فوجاں دے پاسے دیکھ کے آدھا کھڑے کھڑ کے لڑو میرا اکبر مارا وے کھڑ کے لڑو میرا غازی مارا وے کھڑ کے لڑو میرے قاسم دی لاش دے گھوڑے بھجائے وے حملہ کریں نہ ودائی یا ایک لاش دے نالوں گزرے نا میں نہیں چامنا لاش دے نالوں حسین گزردہ پی آئی دسی ونیا کہیں دی لاشے نشانیاں ملائے میں صدقے تھی پوما لاش ہوئے جائیں لاش دنال بازو کوئی نہیں میں صدقے تھی وہاں میں بسم اللہ کران لاش دنال بازو کوئی نہیں کئی گاز اباؤ دی لاش چوی جیے وال جھنیے رو کے آدھے جانگی کرنی ہوئی نوکر کو ہی کھملے دی اجازت دے میں آہ صدقے 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 میں بسم اللہ کران یہ گل کی تیس میں صدقے تھی پہاں بلکل میں شہادت دے قریب آگیا یہ گل کی تیس یا عباد جلاش کئی گاز چوی جیئے وال جھنیئے شبیر دے پاسے ریٹھائے عباد دے کپے گالی چو فکرے نکلین شہباز کو باندھ کر پنجرے ویچ تھی گئی ہے بھین غریبے صدقے 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 میں بسم اللہ کراں میں صدقے ہو جاواں میں بسم اللہ میں لکھ دفعہ کھاں میں لکھ دفعہ کھاں رو رو کے آدھے شہباز کو بند کر پنجرے وچ تھی گئی ہے بھین غریبے غازی آدھے تو کو آدھا ہے میں کو نہ روکو تو آدھے ہن حالات عجیبے پاسے نالو آواز آئیے حسین او نبیان دی صف لگی ہوئیے
حسین میرا دیکھ میں تیری زخمی پاسے والی ماں ہاں، اے نبی میرا بچڑا تیری جنگ دیکھن نہیں آئے، اے تیرا سجدہ دیکھن آئے۔ حسین سجدہ دیتا ہے، میں صدقے تھی پواں، او کمینہ آئے سجدہ جا دیونا آئی میرے امام، یا او کمینہ آئے جائیں کعبہ دین دا ڈھائے، این اپنی آمد دی اطلاع دیتی ہے، میرے امام سجے ہاتھ دی ٹیک ون گیتی ہے۔ صدقے 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 صدقے، بس بڑا طولانی مصائب ہے، میرے امام سجدہ دیتا ہے، این ضربہ مارنیاں شروع کیتی ہیں۔ رون والے لوگ پہلی ضرب چلیے، آدم ٹبا چھوڑے، میرے امام اللہ کو یاد کیتا ہے، الحمدللہ الحمدللہ الحمدللہ۔ دوجی ضرب چلیے، میرے امام نانے کو یاد کیتا ہے، رو رو کے آدھے نانا تیریاں امتاں بچیاں میریاں بھیڑی لٹیاں گئیاں۔ صدقے 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 صدقے، نوکرا نوکرا نوکرا، میں بسم اللہ کراں، میں صدقے او پواں، رو رو کیا دینا نا، تیری امتاں بچیاں میری بھیڑی لٹیاں گئیاں، اتری جی ذرا ماریے، میرا امام نجاو دے پاسے منہ کیتا ہے، رو رو کیا دے بابا تیری دھیاں اجڑ گئیاں۔ الحمدللہ الحمدللہ الحمدللہ، رو رو کیا دے بابا تیریاں بھیڑی اجڑ گئی ہیں، اس علاقے لو ضرباں ودیاں آئیاں ہیں، میرا امام سجن سنبھلیندا ہے، ضرباں ودیاں آئیاں ہیں، میرا امام سجن سنبھلیندا ہے، ضرباں مکیاں نسل برباد تھی وئی، کمینے دی حسین دا سر چایا ہے، دیکھے میرے والے پاسے، دکھائے بھائی، ای حسین دا سر انچ ہے، بولو یار انچ ہے، انچ ہے، اللہ دی قسم جا کے آدھا پیائی، حسین دا سر اتو چائے جتو ماں کنگیاں ہو لے دین دی آئی، حسین دا سر چا کے ٹر پائے چار سال دی دیئے جھولی بنائی ودیئے رو رو کے ودیا دیئے ہاتھ کاٹھ میرے پیو دیاں۔ صدقے صدقے صدقے، میں بسم اللہ کر رہا، رو رو کے آدھیے ہاتھ کاٹ میرے پیو دیاں۔ اللہ واسطے میرے والے پاسے دیکھے، صدقے تھی پو بھائی جلے، میں آکھا شبی گھی نوائے، اے حسین دا سر چاہ کے ٹر پائے، ہن دکھائے میرے والے پاسے، رون والے لوگو اس علاقے والے، اللہ دی قسم چاہ کے آدھا پیاں، زین ڈھلی ہوئی ہے، ہائے بڑا لفظ آ گیا یار، جی زین ڈھلی ہوئی ہے، رکاباں کٹیاں ہوئی ہیں، بینی دے دے گھوڑا خالی والا ہے، علی دی دی کولا کھڑی ہے، زلجنا دے پاسے دے کیا دیے، میں کو ڈسا میرا بھرا کتا لائی، رنے ترو کیا دے پر چامنی دکت، شیر خدا تا پیر مسافر مار، ماتم کر گھنو میں نے مولا دی شبی، گل کیتی سی، رو کے آدھیے زلجنا، میں کو ڈسا میرا پھرا سجدہ کیویں دیندا رہے، رنے تے رو کے آدھیے کہ دسا ماں تیرا پھر سجدہ دیندا، تسی میں کنجاری چلے آہا تیرا ماتم لیندا، دیتا دالے میں کعب دین دا ڈات میں بسم اللہ کر رہا، رو رو کے آدھے تیرا بھی سجدہ لے گا، رکوچ لوگ گھر چلے گا، آدھی تازالے میں کعب دین دادا تیرا بھی مسافر، ماتم حسین